ਉਪਰਾਲਾ ਕਰ ਰਹੇ ਹੋ ਐਸਜੀ ਪੀ ਵੱਲੋਂ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਚੁਣੀ ਹੋਈ ਸੰਸਥਾ ਹੈ ਜਿਹੜੀ ਕਿ 100 ਸਾਲ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਦੀ ਤੇ ਗੁਰੂ ਦੇ ਧਰਮ ਦੇ ਪ੍ਰਚਾਰ ਦੀ ਸੇਵਾ ਨਿਭਾ ਰਹੀ ਹੈ ਉਹਦੇ ਨਾਲ ਦੀ ਨਾਲ ਜਿਹੜੀ ਸਭ ਤੋਂ ਵੱਡੀ ਤੇ ਵਿਲੱਖਣ ਗੱਲ ਹੈ ਜਿਸ ਗੱਲ ਨੂੰ ਦੁਨੀਆ ਦੇ ਅੰਦਰ ਸਤਿਕਾਰਿਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਦੇ ਦਿੱਤੇ ਹੁਕਮਾਂ ਤੇ ਆਸ਼ੇ ਦੇ ਮੁਤਾਬਕ ਮਾਨਵਤਾ ਦੇ ਭਲੇ ਲਈ ਬਹੁਤ ਵੱਡੀਆਂ ਸੇਵਾਵਾਂ ਕਰਦੀ ਹੈ ਉਹ ਸੇਵਾਵਾਂ ਭਾਵੇਂ ਨੇਪਾਲ ਦੇ ਵਿੱਚ ਹੜ੍ਹ ਆ ਗਿਆ ਹੋਵੇ ਭਾਵੇਂ ਜੰਮੂ ਕਸ਼ਮੀਰ 'ਚ ਹੜ੍ਹ ਆ ਗਿਆ ਹੋਵੇ ਭਾਵੇਂ ਕੇਰਲਾ ਦੇ ਵਿੱਚ ਹੜ੍ਹ ਦੀ ਮਾਰ ਵਗੀ ਹੋਵੇ ਚਾਹੇ ਗੁਜਰਾਤ 'ਚ ਭੂਚਾਲ ਆਇਆ ਹੋਵੇ ਕਿਤੇ ਵੀ ਕਿਸੇ ਤਰ੍ਹਾਂ ਦਾ ਚਾਹੇ ਪਿੱਛੇ ਕਰੋਨਾ ਲੰਘੀ ਆ ਦੁਨੀਆ ਭਰ ਦੇ ਅੰਦਰ ਜੇ ਕਿਸੇ ਨੇ ਬਾਹ ਫੜੀ ਆ ਦਰਵਾਜ਼ਾ ਖੁੱਲ੍ਹਾ ਰੱਖਿਆ ਅਤੇ ਸਾਹਾਂ ਦੀ ਕਹਿੰਦੇ ਹੁੰਦੇ ਆ ਸੇਵਾ ਕੀਤੀ ਆ ਅਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਤੋਂ ਇਹ ਕੀਤੀ ਆ ਤੋ ਹੁਣ ਪੰਜਾਬ ਦੇ ਅੰਦਰ ਇੱਕ ਬੜੀ ਹੜ੍ਹ ਦੀ ਮਾਰ ਵਗੀ ਆ ਜਿਵੇਂ ਕਿ ਆਲੇ ਦੁਆਲੇ ਤੁਸੀਂ ਦੇਖੋ ਕਿ ਪੰਜਾਬ ਦੇ ਬਹੁਤ ਸਾਰੇ ਇਲਾਕੇ ਬਿਆਸ ਅਤੇ ਸਤਲੁਜ ਦੇ ਕੰਢੇ ਜਿਹੜੇ ਆ ਜਾਂ ਹੋਰ ਮੋਹਾਲੀ ਏਰੀਆ ਫਤਿਹਗੜ੍ਹ ਸਾਹਿਬ ਏਰੀਆ ਇਹ ਸਾਰੇ ਏਰੀਆ ਦੇ ਵਿੱਚ ਪਾਣੀ ਨੇ ਵੱਡੀ ਮਾਰ ਮਾਰੀ ਆ ਘੱਟੋ ਘੱਟ 5-5, 7-7 ਫੁੱਟ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਸੋ ਉਸ ਗੱਲ ਲਈ ਸ਼੍ਰੋਮਣੀ ਕਮੇਟੀ ਨੇ ਸਭ ਤੋਂ ਪਹਿਲਾਂ ਆਪਣੀ ਜ਼ਿੰਮੇਵਾਰੀ ਅਤੇ ਫਰਜ਼ ਸਮਝਦੇ ਆ ਸੇਵਾ ਸਮਝਦੇ ਆ ਉਹਨਾਂ ਨੇ ਸਭ ਤੋਂ ਪਹਿਲਾਂ ਲੋੜਵੰਦਾਂ ਲਈ ਲੰਗਰ ਪਹੁੰਚਾਇਆ ਉਹ ਲੰਗਰ ਦੇ ਨਾਲ ਨਾਲ ਦੁੱਧ ਪਹੁੰਚਾਇਆ ਉਸ ਦੇ ਲੰਗਰ ਦੇ ਨਾਲ ਨਾਲ ਪਾਣੀ ਦੀ ਸੇਵਾ ਕੀਤੀ ਆ ਉੱਥੇ ਉਹਨਾਂ ਦੇ ਤਰਪਾਲਾਂ ਦੀਆਂ ਸੇਵਾਵਾਂ ਕੀਤੀਆਂ ਜੇ ਪ੍ਰਧਾਨ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਜਿੰਦਰ ਸਿੰਘ ਧਾਮੀ ਸਾਹਿਬ ਦੇ ਹੁਕਮਾਂ ਤਹਿਤ ਜਿੰਨੇ ਵੀ ਸਾਡੇ ਗੁਰਦੁਆਰਾ ਸਾਹਿਬਾਨ ਸੀ ਉਹਨਾਂ ਦੇ ਮੈਨੇਜਰਾਂ ਦੀਆਂ ਡਿਊਟੀਆਂ ਲਾਈਆਂ ਅਤੇ ਜਨਤਕ ਤੌਰ 'ਤੇ ਉਹਨਾਂ ਦੇ ਨੰਬਰ ਜਾਰੀ ਕੀਤੇ ਤਾਂ ਕਿ ਕੋਈ ਵੀ ਲੋੜਵੰਦ ਜਿਹੜਾ ਕਿ ਉਹਨਾਂ ਦੀ ਮਦਦ ਲਈ ਜਾ ਸਕਦਾ ਤੋ ਉਸ ਤੋਂ ਇਲਾਵਾ ਅੱਜ ਅਸੀਂ ਫਿਰ ਇਸ ਗੱਲ ਦਾ ਜਿਵੇਂ ਕਹਿੰਦੇ ਹੁੰਦੇ ਆ ਮਨ ਨੂੰ ਇੱਕ ਸੰਤੁਸ਼ਟੀ ਹੈ ਕਿ ਪ੍ਰਧਾਨ ਸਾਹਿਬ ਦੇ ਹੁਕਮ ਮੁਤਾਬਕ ਅਸੀਂ ਆਮ ਲੋਕਾਂ ਦੇ ਲਈ ਬੱਚਿਆਂ ਲਈ ਬਜ਼ੁਰਗਾਂ ਲਈ ਸਾਰਿਆਂ ਲਈ ਤਾਂ ਸੇਵਾਵਾਂ ਕੀਤੀਆਂ ਪਰ ਬੇਜਵਾਨਿਆਂ ਦੇ ਲਈ ਜਿਹੜੀ ਅੱਜ ਅਸੀਂ ਉਪਰਾਲਾ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੇ ਪਸ਼ੂ ਨੇ ਵਿਚਾਰੇ ਜਿਨ੍ਹਾਂ ਦਾ ਕਿਉਂਕਿ ਚਾਰਾ ਮਰ ਚੁੱਕਿਆ ਪਾਣੀ ਵੱਡਾ ਖੜਾ ਵਾ ਉਹਨਾਂ ਦੇ ਕਹਿੰਦੇ ਹੁੰਦੇ ਆ ਭੋਜਨ ਵਾਸਤੇ ਉਹਨਾਂ ਦੇ ਲਈ ਵੱਡੀ ਜ਼ਰੂਰਤ ਹੈ ਚਾਰੇ ਦੀ ਸੋ ਇਹ ਚਾਰੇ ਦੀ ਆਰੰਭਤਾ ਅੱਜ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਸੁਲਤਾਨਪੁਰ ਸਾਹਿਬ ਤੋਂ ਕਰ ਰਹੇ ਹਾਂ ਦਾਸ ਇੱਥੇ ਸਾਡੇ ਮੈਂਬਰ ਦਰਸ਼ਨ ਸਿੰਘ ਜੀ ਸ਼ੇਰ ਖਾਨ ਸਾਹਿਬ ਦੀ ਅਗਵਾਈ ਵਿੱਚ ਇੱਥੋਂ ਅਸੀਂ ਕਰ ਰਹੇ ਹਾਂ ਫਤਿਹਗੜ੍ਹ ਸਾਹਿਬ ਤੋਂ ਸਾਡੇ ਮੀਤ ਪ੍ਰਧਾਨ ਰਿਆਜ਼ ਸਾਹਿਬ ਕਰ ਰਹੇ ਨੇ ਥਾਂ ਥਾਈ ਇਹ ਅੱਜ ਇਹ ਸ਼ੁਰੂਆਤ ਕੀਤੀ ਜਾ ਰਹੀ ਹੈ ਜਿੱਥੇ ਜਿਹੜਾ ਚਾਰੇ ਦੇ ਤੌਰ 'ਤੇ ਅਤੇ ਨਾਲ ਅਚਾਰ ਸਾਰੇ ਤਰ੍ਹਾਂ ਦਾ ਜਿਹੜਾ ਪ੍ਰਬੰਧ ਆ ਅਸੀਂ ਜਿੱਥੇ ਇੱਥੇ ਬੈਠੇ ਬੰਨਾਂ 'ਤੇ ਲੋਕ ਨੇ ਜਾਂ ਲੋੜਵੰਦ ਨੇ ਜਿੱਥੇ ਜਿਸ ਤਰ੍ਹਾਂ ਮਰਜ਼ੀ ਅਸੀਂ ਟਰਾਲੀਆਂ ਰਾਹੀਂ ਕਿਸੇ ਨਾ ਤਰੀਕੇ ਰਾਹੀਂ ਇਹ ਜਿਹੜਾ ਇਸ ਏਰੀਏ ਦਾ ਕੇਂਦਰ ਜਿਹੜਾ ਵਾ ਇਹ ਜਾਮਨੀ ਸਾਹਿਬ ਆ ਸਾਡੇ ਇੱਥੋਂ ਦੇ ਮੈਨੇਜਰ ਕੁਲਵੰਤ ਸਿੰਘ ਜੀ ਜਿਹੜੇ ਕਿ ਪਹਿਲਾਂ ਲੰਗਰਾਂ ਦੀ ਸੇਵਾ ਜਿਹੜੀ ਇਸ ਇਲਾਕੇ 'ਚ ਵਧੀਆ ਕੀਤੀਆਂ ਨੇ ਅਤੇ ਅੱਜ ਸਾਡੇ ਨਾਲ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਜਿਨ੍ਹਾਂ ਨੇ ਇਸ ਚਾਰੇ ਦੀ ਆਰੰਭਤਾ ਸ਼ੁਰੂ ਕਰਤੀ ਆ 8 ਟਰਾਲੀਆਂ ਸਾਡੀਆਂ ਚਾਰੇ ਦੀਆਂ ਆ ਗਈਆਂ ਉਸ ਤੋਂ ਇਲਾਵਾ 300 ਗੰਢ ਜਿਹੜੀ ਆ ਕਿਨਾ ਚਾਰਾ ਜਿਹੜਾ ਬੰਦ ਪੈਕਿੰਗ ਹੁੰਦਾ ਉਹ ਜਿਹੜਾ ਉਹ ਅੱਜ ਵੰਡਣ ਜਾ ਰਹੇ ਨੇ ਇਹ ਸਰਦਾਰ ਮੈਨੇਜਰ ਰਣਜੀਤ ਸਿੰਘ ਜੀ ਇਸ ਗੱਲ ਦੀ ਸੇਵਾ ਲੈ ਰਹੇ ਨੇ ਬੜੀ ਦੂਰ ਤੋਂ ਇਹ ਸਾਡੇ ਕੋਲ ਜਿਵੇਂ ਕਹਿੰਦੇ ਇਹ ਲੈ ਕੇ ਆਏ ਨੇ ਸੇਵਾ ਸੋ ਸਾਰੇ ਰਲ ਮਿਲ ਕੇ ਇਹ ਜਿਹੜੀਆਂ ਸੇਵਾਵਾਂ ਨਿਭਾ ਰਹੇ ਨੇ ਸੋ ਬੇਜਵਾਨਾਂ ਲਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਬਣਦਾ ਫਰਜ਼ ਸਮਝ ਕੇ ਅੱਗੇ ਆਈ ਆ ਅਤੇ ਇਸ ਸੇਵਾ ਦੇ ਵਿੱਚ ਗੁਰੂ ਦੀ ਕਿਰਪਾ ਨਾਲ ਅਤੇ ਖਾਸ ਤੌਰ 'ਤੇ ਇਹ ਗੱਲ ਕਹਿ ਰਹੀ ਹੈ ਕਿ ਸੰਗਤ ਦੇ ਵੱਡੇ ਸਹਿਯੋਗ ਨਾਲ ਕਿਉਂਕਿ ਸੰਗਤ ਦੇ ਸਹਿਯੋਗ ਤੋਂ ਬਗੈਰ ਇਹ ਕੁਛ ਵੀ ਕਦੇ ਨਹੀਂ ਹੋ ਸਕਦਾ ਤੋ ਸੰਗਤ ਦਾ ਵੱਡਾ ਸਹਿਯੋਗ ਹੈ ਸੰਗਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵਿਸ਼ਵਾਸ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਦੁਆਰਾ ਮੈਂ ਪਿਛਲੇ ਦਿਨਾਂ 'ਚ ਦੇਖ ਰਿਹਾ ਸੀ ਸੁਲਤਾਨਪੁਰ ਸਾਹਿਬ ਵਿੱਚ ਬਾਹਰ ਦੇ NRI ਲੋਕ ਜਿਹੜੇ ਆ ਜਾਂ ਇੱਥੋਂ ਦੀਆਂ ਸੰਸਥਾਵਾਂ ਨੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਮੂਹਰੇ ਲਾ ਕੇ ਇਹ ਜਿਹੜੀਆਂ ਸੇਵਾਵਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਸ ਗੱਲ ਲਈ ਸਾਨੂੰ ਮਾਣ ਵੀ ਜਾਂਦਾ ਅਤੇ ਸਾਡੇ ਜਿਹੜੇ ਮੈਂ ਜਿਹੜੇ ਸਾਡੇ ਮੈਨੇਜਰ ਆ ਜਾਂ ਸਾਡੇ ਕਰਮਚਾਰੀ ਆ ਉਹਨਾਂ ਦਾ ਬਹੁਤ ਵੱਡਾ ਰੋਲ ਆ ਜਿਨ੍ਹਾਂ ਨੇ ਅੱਜ ਦੇ ਇਸ ਸਮੇਂ ਦੇ ਵਿੱਚ ਵੱਡਾ ਯੋਗਦਾਨ